पुनर्जन्म की कहानियाँ तुहाडे वल्लों सुनाई गई है परिवार को, किस तरह होया ये सब? जो मैं इतने जो मेरा जन्म होया तो स्कूल भेजन लगे थे 4.5 साल की उम्र के, मैं सैर मारिया थले फर्श के, मैं क्या भी मैं तो फिरोजपुर चलिया जाना, भी मैं तो उत्थे मेरा घर हैगा, सारा परिवार हैगा, भी जो तुम मैं हूँ भी ना हटे मिलता भी उत्थे मिला के लैके आओ। उदो बाद कहते भी चल जे तेन पता फिर तू आप ही आपके घर लैके चल, पैदल ही चलो अस चल पे सारे। मैं क्या मैनू तो याद सगा बिल्कुल, उम्मीद जाई गया पिछे सारा शहर ते गली दे विच, जदों घरे पहुंचे आप दादी कह दिंदे आ ते झाई कह दिंदे आ शहरां च, उत्थे झाई कहिंदे सी, मैं कहा झाई बैठे सी गेटां दे बूहरे, ते जदों मैं जाके उन्हां नूं कहा, मैं कहा भी तुसीं गेटां दा रंग कदों बदल लिया, क्योंकि पहलां मेरा फेवरेट कलर कीता हुंदा सी गेटां। झाई जी तो उत्थे पछाण गए, क्योंकि बजुर्गां नूं वैसे भी परख हुंदी है, तां उह तां फिर असीं अद्धा घंटा विराग ही करी गए, रोई गए अद्धे घंटे बाद, फिर उत्थे तर्कशील लोग भी होंदे आ उस समय मौजूद सीगे, वो कहिंदे फिर फोटोआं रखतीआं अगे, वो कहिंदे वी इहदे च पछाण सारीआं फोटोआं कौण किवें आ। पहलां तां मैं सब नाल अपनी फोटो ते हथ रख्या, मैं कहा वी इह है मेरी फोटो। तुहानूं कदों तों याद आणा शुरू होया कि मेरे नाल पिछले जन्म दे विच इस तरह होया सीगा जां इस तरह मौत होई सीगी? इह उस जगह ही याद आया जदों मैनूं स्कूल भेजण लगे आ, उदी फिर मैं ना, मैं कहा मैं 8वीं क्लास के सीगा भी मैंने तुम उतों ही ला दो, फिर मैं लग जाना पढ़न, पर मैं दुबारे पहली तो लगना। उन्होंने फिर ये फोटो जो इन्हें आपकी चक्की उत्थे क्लिक हुई सी, फिर ए फोटो दस रहा सीगा, यह महानगर कहानियां 2002 मई की गल है जी सारी। आए थी वो फोटो इन्हें भी ਇਹਦੀ ਡੈਥ ਹੋਣ ਤੋਂ ਥੋੜ੍ਹੇ ਦਿਨ ਪਹਿਲਾਂ ਇਹਨੇ ਕੇਸ ਕਤਲ ਕਰਾਤੇ ਸੀ, ਇਹ ਵੀ ਇੱਕ ਲੌਜਿਕ ਆ ਸਾਡੀ ਸਮਝ 'ਚ ਨਹੀਂ ਜਿਹੜਾ ਪੈਂਦਾ ਵੀ ਇਹ ਕੇਸ ਕਤਲ ਕਰਾਉਣ ਤੋਂ ਥੋੜ੍ਹੇ ਜਿਹੇ ਦਿਨਾਂ ਬਾਅਦ 'ਚ ਇਹ 'ਚ ਡੈਥ ਹੋ ਗਈ ਸੀ ਇਹਨਾਂ ਦੀ। ਆਹ ਐਂਡ ਵਾਲੀ ਫੋਟੋ ਆ ਇਹਨਾਂ ਦੀ, ਆਹ ਫੋਟੋ ਜਿਹੜੀ ਕੇਸ ਕਤਲ ਕਰਾਇਆ ਜੀ। ਫਿਰ ਉਸ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ? ਬਿਲਕੁਲ ਜੀ, ਉਸੇ ਤਰ੍ਹਾਂ ਹੀ ਮੈਨੂੰ ਤਾਂ ਜਿਹੜਾ ਰੂਹਾਂ ਦਾ ਪਿਆਰ ਉੱਦਾਂ ਹੀ ਰਹਿਣਾ, ਕੋਈ ਆਪਾਂ ਰਿਸ਼ਤੇਦਾਰਾਂ ਵਾਂਗੂ ਨਹੀਂ ਵਰਤਦੇ ਉਹਨਾਂ ਨਾਲ, ਉਵੇਂ ਉੱਥੇ ਹੀ ਮੇਰਾ ਆਪਦਾ ਉਨਾ ਹੀ ਹੱਕ ਮੰਨਦਾ ਵੀ ਮੇਰਾ ਆਪਦਾ ਹੀ ਪਰਿਵਾਰ ਆ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਤੁਹਾਡੇ ਨਾਲ ਈਸ਼ਾ। ਅਕਸਰ ਹੀ ਲੋਕ ਅਜਿਹੀਆਂ ਗੱਲਾਂ ਦੇ ਵਿੱਚ ਵਿਸ਼ਵਾਸ ਤਾਂ ਨਹੀਂ ਕਰਦੇ, ਪੁਨਰਜਨਮ ਦੀਆਂ ਗੱਲਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਲੋਕ ਨੇ ਪਾਗਲ ਬਣਾ ਰਹੇ ਨੇ, ਝੂਠੀਆਂ ਕਹਾਣੀਆਂ ਸੁਣਾ ਰਹੇ ਨੇ। ਲੇਕਿਨ ਕਦੀ ਕੋਈ ਚੀਜ਼ ਆ ਜਿਹੜੀ ਕਿ ਅਜਿਹੀ ਹੋ ਜਾਂਦੀ ਹੈ ਕਿ ਵਿਸ਼ਵਾਸ ਕਰਨ ਨੂੰ ਦਿਲ ਕਰ ਜਾਂਦਾ ਹੈ। ਅਤੇ ਸਾਡੇ ਨਾਲ ਇੱਕ ਵੀਰ ਜੀ ਮੌਜੂਦ ਨੇ ਜਿਨ੍ਹਾਂ ਨੂੰ 4 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਸਾਰਾ ਕੁਝ ਦੱਸਿਆ, ਆਪਣੇ ਪਹਿਲਾਂ ਵਾਲੇ ਜਨਮ ਦੀ ਕਹਾਣੀ ਦੱਸੀ ਆ, ਪੂਰੀ ਕਹਾਣੀ ਕੀ ਆ ਵੀਰ ਜੀ ਤੋਂ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ, ਪੁਨਰਜਨਮ ਦੀ ਕਹਾਣੀ ਆ ਤੁਹਾਡੇ ਵੱਲੋਂ ਸੁਣਾਈ ਗਈ ਆ ਪਰਿਵਾਰ ਨੂੰ, ਕਿਸ ਤਰ੍ਹਾਂ ਹੋਇਆ ਇਹ ਸਭ ਕੁਝ? ਇਹ ਬਿਲਕੁਲ ਜੀ 2002 ਸਨ ਦੀ ਗੱਲ ਆ ਜੀ, ਇਹ ਉਦੋਂ ਸਾਰਾ ਸ਼ੂਟ ਵੀ ਹੋਇਆ ਸੀਗਾ, ਅੱਜ ਤੱਕ ਤਾਂ ਸਟਾਰ ਨਹੀਂ ਹੋਈ ਅਤੇ ਉਦੋਂ ਉਹ ਚੈਨਲ ਜ਼ਿਆਦਾ ਹੁੰਦੇ ਸੀ ਜੀ। ਉਦੋਂ ਮੈਨੂੰ ਇੱਥੇ ਜਦੋਂ ਮੇਰਾ ਜਨਮ ਹੋਇਆ ਤਾਂ ਸਕੂਲ ਭੇਜਣ ਲੱਗੇ ਸੀ 4.5 ਸਾਲ ਦੀ ਉਮਰ ਦੇ ਵਿੱਚ ਜੀ, ਵੀ ਹੁਣ ਸਕੂਲ ਲਾਉਣ ਦੀ ਉਮਰ ਆ ਵੀ ਸਕੂਲ ਲਾਈਏ। ਪਹਿਲਾਂ ਵੀ 4 ਸਾਲ ਤੋਂ ਕਰ ਰਹੇ ਸੀ, ਕੁਝ 6 ਮਹੀਨੇ ਹੀ ਲੰਘ ਗਏ ਜੀ, ਉਸ ਤੋਂ ਬਾਅਦ ਜਦੋਂ ਨਹੀਂ ਹਟੇ ਫਿਰ ਮੈਨੂੰ ਜਾਣੀ ਕਿ ਜਿਵੇਂ ਮਾਂ ਪਿਓ ਧੱਕੇ ਨਾਲ ਆਪਾਂ ਕਹਿੰਦੇ ਵੀ ਲੈ ਕੇ ਚੱਲੀ ਗਏ ਇਹਨੂੰ, ਤਾਂ ਮੈਂ ਸੈਰ ਮਾਰਿਆ ਥੱਲੇ ਫਰਸ਼ ਦੇ ਵਿੱਚ ਅਤੇ ਮੈਂ ਕਿਹਾ ਵੀ ਮੈਂ ਤਾਂ ਫਿਰੋਜ਼ਪੁਰ ਚਲਿਆ ਜਾਣਾ, ਵੀ ਮੈਂ ਤਾਂ ਉੱਥੇ ਮੇਰਾ ਘਰ ਹੈਗਾ, ਸਾਰਾ ਪਰਿਵਾਰ ਹੈਗਾ, ਵੀ ਜੇ ਤੁਸੀਂ ਮੈਨੂੰ ਹੁਣ ਵੀ ਨਾ ਹਟੇ ਮੈਂ ਤਾਂ ਵੀ ਉੱਥੇ ਮਿਲਾ ਕੇ ਲੈ ਕੇ ਆਓ ਜੀ। ਚਲੋ ਇਹਨਾਂ ਨੇ ਬਹੁਤ ਹੱਠ ਕੀਤਾ ਵੀ ਨਹੀਂ ਨਹੀਂ ਚਲੋ ਵੀ ਉਈਂ ਕਹਿੰਦਾ ਹੋਊ ਬੱਚਾ, ਤਾਂ ਮੈਂ ਚੌਂਕ ਦੇ ਨਾਲ ਨਕਸ਼ਾ ਬਣਾ ਦੇਣਾ ਫਰਸ਼ ਦੇ ਉੱਪਰ ਜੀ, ਅਤੇ ਵੀ ਐਂ ਉੱਥੇ ਨਹਿਮ ਵਾਲਾ ਚੌਂਕ ਆਏ ਹਾਂ। ਚਲੋ ਸਾਡੇ ਪਰਿਵਾਰ ਤਾਂ ਕੋਈ ਨਹੀਂ ਗਿਆ ਸੀ ਫਿਰੋਜ਼ਪੁਰ, ਅਤੇ ਮਾਸਟਰ ਜਰਨੈਲ ਸਿੰਘ ਜੀ ਸੀ ਸਾਡੇ ਬਾਪੂ ਦੇ ਫਰੈਂਡ, ਸਾਡੇ ਬਾਪੂ ਡਾਕਟਰ ਨੇ ਜੀ, ਅਤੇ 8ਵੀਂ ਕਲਾਸ ਦੇ ਵਿੱਚ ਮੈਂ ਉੱਥੇ ਹੁੰਦਾ ਸੀ ਪਹਿਲਾਂ ਜੀ, ਅਤੇ ਇਹ ਮੈਂ ਕਿਹਾ ਵੀ ਮੈਨੂੰ ਉੱਥੋਂ ਹੀ ਤੁਸੀਂ ਲਾਓ, ਅਤੇ ਉਹ ਮਾਸਟਰ ਜੀ ਕੁਦਰਤੀ ਘਰੇ ਆਏ ਹੋਏ ਸੀਗੇ ਜੀ, ਅਤੇ ਉਹ ਜੋ ਚੌਂਕ ਨਾਲ ਮੈਂ ਬਣਾਈ ਆ, ਮੈਂ ਕਹਿੰਦੇ ਇਹ ਕੀ ਹੈ, ਮੈਂ ਕਿਹਾ ਨਿੰਮ ਵਾਲਾ ਚੌਂਕ ਆ, ਉਹ ਸੀਰੀਅਸ ਲੈ ਗਏ ਗੱਲ ਨੂੰ ਵੀ ਇੰਨੇ ਇਹਨੂੰ ਕੀ ਪਤਾ, ਨਾ ਇਹ ਕਦੇ ਗਿਆ ਨਾ ਇਹਨੇ ਸੁਣੀ ਹੈ ਇਹ ਚੀਜ਼, ਕਿਉਂਕਿ ਉੱਥੇ ਨੇੜੇ ਘਰ ਨਿੰਮ ਵਾਲੇ ਚੌਂਕ ਦੇ ਸੀਗਾ ਜੀ, ਫਿਰੋਜ਼ਪੁਰ ਕੈਂਟ ਦੇ ਵਿੱਚ। ਚਲੋ ਫਿਰ ਉਹਨਾਂ ਨੇ ਮਾਸਟਰ ਜੀ ਨੇ ਕਿਹਾ ਵੀ ਆਪਾਂ ਲੈ ਕੇ ਚੱਲੀਏ ਇੱਕ ਵਾਰੀ, ਕੋਈ ਨਹੀਂ ਵੀ ਫਿਰ ਇਹਦੇ ਕੋਲ ਬਹਾਨਾ ਤਾਂ ਨਾ ਰੂ ਵੀ ਮੈਂ ਨਹੀਂ ਜਾਣਾ ਸਕੂਲ, ਵੀ ਮਿਲਾ ਲਿਆਉਂਦੇ ਆਪਾਂ ਜੇ ਕਹਿੰਦਾ ਹੈਗਾ। ਚਲੋ ਮੈਨੂੰ ਪਹਿਲੇ ਦਿਨ ਲੈ ਗਏ ਫਿਰੋਜ਼ਪੁਰ ਸਿਟੀ ਦੇ ਵਿੱਚ, ਘਰ ਸੀਗਾ ਫਿਰੋਜ਼ਪੁਰ ਕੈਂਟ ਦੇ ਵਿੱਚ ਜੀ। ਚਲੋ ਉੱਥੇ ਬਹੁਤ ਇਹਨਾਂ ਨੇ ਜਾ ਕੇ ਲੱਭਿਆ, ਪਾਪਾ ਸਰੇਕ ਨੂੰ ਪੁੱਛਿਆ ਵੀ, ਅਤੇ ਕੁਦਰਤੀ ਜਗ੍ਹਾ ਉਹ ਆ ਗਈ ਲੰਘਦੇ ਲੰਘਦੇ ਜਿੱਥੇ ਮੇਰਾ ਐਕਸੀਡੈਂਟ ਹੋਇਆ ਸੀ ਉਦੋਂ ਪਿਛਲੇ ਜਨਮ ਦੇ ਵਿੱਚ ਜੀ, 16 ਸਾਲ ਦੀ ਉਮਰ ਦੇ ਵਿੱਚ ਜੀ, ਜਿਸ ਜਗ੍ਹਾ ਐਕਸੀਡੈਂਟ ਹੋਇਆ ਸੀ ਉੱਥੇ ਮੇਰੀ ਬੇਹੋਸ਼ੀ ਦੇ ਵਿੱਚ ਹੋ ਗਈ ਹਾਲਤ ਜੀ,
चलो मैं तो कोई सुरत नहीं रही तो माता पिता ने फिर उत्थे नंबर लिखाता शहर के भी ये ना दसदा आपका मैं आपका सनी नाम दसदा सी भी जे कोई इदा हुई हो घटना का भी सानू अपने लैंडलाइन नंबर होंगे सी घर कई तीन चार घर का एक घर ही फोन आता हों लैंडलाइन का नंबर लिखा जाता उद बाद अजे पहुंचे भी नहीं घर उद पहले ही फोन आने लग गए थे भी हाँ इस तरह हुई भी है इतने गल वो जो माँ प्यो को पहुंची गल उद बाद अगले दिन सवेरे कहते फिर तुम एक बार आओ फिर अगले दिन फिरोजपुर कैंट गए बस स्टैंड जो उतरते उतर के बाहर आए तो सारे शहर के भी मोतबार पहुंचे हुए थे तकरीबन सारा शहर ही आया थी क्योंकि इंचार्ज हो रहा है यह गल का भी इन्ने बच्चे किमें पता लग गया उदो बाद कहते भी चल जे तेन पता फिर तू आप ही आपके घर लैके चल पैदल ही चलो अभी चल पे सारे मैं क्या मैंने तो याद सगा बिल्कुल उमी जाई गया पिछे सारा शहर तो गली के जो घर पहुंचे आप दादी कह दें झाई कह दें शहर च उ झाई कहते मैं क्या झाई बैठे थी गेटा के बूहे तो जो मैं जाके उन्होंने कहा मैं क्या भी तुम गेटा का रंग कदों बदल लिया क्योंकि पहला मेरा फेवरेट कलर किया हों गेटा कलर पहला ब्लू हों फिर उन्होंने वाइट करता सी जी। हाँ जी हाँ जी तो उस बाद चो कहते भी जो मेरे झाई जी तो उत्थे पछाण गए क्योंकि बजुर्गों वैसे भी परख होंगी है तो फिर असं अद्धा घंटा विराग ही करी गए रोई गए अद्धे घंटे बाद फिर उत्थे तारकशील लोग भी होंगे उस समय मौजूद सके वो कहते फिर फोटोआं रखती अगे वो कहते भी इस पछाण सारिया फोटो कौन किए पहला तो मैं सब ना अपनी फोटो ती हथ रखिया मैं क्या भी ये है मेरी फोटो फिर ब्रदर दी मेरे ब्रदर हुण तां वड्डे हो गए फोटो अपनी पछाणी सी पहला चेहरा होर सी जां आही चेहरा सी ज्यादा मिलदा ही सी उस समय तां जी हाँ जी हाँ जी उस समय क्योंकि जो उम्र के मैं 16 साल वाली देखो बहुत ज्यादा मिलता सी चेहरा जी हुण तां चलो महाराज ने दाड़ा प्रकाश करता उस उम्र तां चलो इतना नहीं हुंदा गा चेहरा अपना साफ ही हुंदा जी सर जो ते भाई साहब ने तुम दसिया कि इस तरह मतलब निम वाले चौंक को मैं रहा एक्सीडेंट हो उस टाइम दिमाग दे विच की आया सी? जी देखो जी उदो चलो मैं भी काफ़ी एज हो गई सी मेरी तकरीबन 7-8 साल के नेड़े से जिन्नी कि मैंने बुद्धि से मैं वेख्या सारा कुछ आपके अखी तो जो ये पहला कहता सी साडे चो किसी ने यकीन नहीं किया इहदी गल ते तो असी भी नहीं किया साडे बापू ने बिल्कुल भी नहीं किया तो जमे यकीन नहीं करते वो कहते वैसे ही कही जाता आप पिंड कहते मूँह मारी जाता है ना इस तरह कहते होंगे भी नहीं ये इस तरह नहीं हो सकता तो ही मैं कहना भी किसी का कसूर नहीं क्यों करके तो जो हड्डी हंडाई हो गल किसी फिर ही पता होंगे हूँ भी आप इस गलते विचार कर रहे हैं अपना कोई यह मनोरथ नहीं है भी असं दुनिया सामने लैके आईए जे असी चाहते तो असी आप अप्रोच कर सकते सारे मीडिया तक भी आप इस गल वायरल करिए पर इन्हों की इच्छा से भी आप किसी नहीं दसना भी जो कुछ होया गुप्ती रहन दो पर वो गल प्रगट होनी सी करन वीर आया ना उदे प्रगट होगी असी जो ते यकीन ही नहीं किया कई दिन तो उस दसिया ही है जिमें अर्शदीप ने भी साढ़े फादर साहब के फ्रेंड ने मास्टर जरनैल सिंह जी भम्मीपुरा कला उत्थे असी रहिंदे सी आर एम पी डॉक्टर ने तो साढ़े घर आउंदे ही रहिंदे सीगे तो हुण भी हैगे ने वो जो आए तो उन्होंने देखिया ए चाक नाले का नक्शा बनया उन्होंने कई दी आप गए हाँ तो सानू तो अचरज जहा लग रहा सारा कुछ भी ये किमें जे हो रहा पर चलो सतगुरु की कृपा सी कोई भी महाराज ने असी तो भागाला मानते हैं जी इस गल नू भी अर्शदीप दे अपने घर जन्म होने नाल तुसी देख रहे हो भी आ की कुछ बदलाव आ गया असी तो पर आप गुरु साहब जी दी खेडां नहीं समझ सकते इस गल ते बहुत ही किंतु परंतु होना तो हुंदा उस टाइम भी होया सीगा किंतु परंतु करना चलो ये तो चली जाना वो वखरी गल है ना आप सारे कर दें सर तुहाडे हाथ दे विच फड़िया अर्शदीप का डबल रोल जी ये देखो जी उस टाइम फिर जो गया सी उत्थे ते उन्होंने फिर ये फोटो जो इन्हें आपकी चक्की उत्थे क्लिक हुई सी फिर ए फोटो दस रहा सीगा यह महानगर कहानियां 2002 मई की गल है जी सारी उदो बाद आ फोटो इन्हों की आप इतों वाले माता पिता ने खड़े आ इन्हों उतों वाले माता जी ने जिन्हें देखो यदि शक्ल आपस में बहुत मिलती है तुम अगे देखो भी यदि भरा ना शक्ल कितनी मिलनी है आ यदि वो फोटो इन्हें भी यदि डैथ होने तो थोड़े दिन पहले इन्हें केस कतल कराते से भी एक लॉजिक आप साड़ी समझ से नहीं जरा पैंता भी यह केस कतल कराने तो थोड़े जे दिन बाद डैथ हो गई सी इन्हों की आ एंड वाली फोटो है इन्हों की आ फोटो जी केस कतल कराने वाली तो आ फोटो आ गई इन्हों परिवार की उतों वाले की आ इन्हों माता जी ने आ बापू जी फादर साहब
दोनों भरा ने तुम इतने देखो थोनू ए लगू भी कंप्लीट फैमिली बैठी है। हाँ जी, इन्हों शकल एक दूजे इन मिलदियां ने। यह दमा ना पहला ये वड्डा हुंदा सी, सनी दा नाम हुंदा सी, हुण उह वड्डा हो गया, पर उह परिवार नाल आपां पूरा विचरदे आ, साडे नाल उह दुख सुख दे विच खड़दे भी आ, ते इक दूजे नूं उह इहनूं उम्मीद रूहां तां उही आ ना, उह इहनां नूं उम्मीद विचरदे ने। जे मैनूं सनी कहे के मेरे वड्डे वीर सनी की हाल आ, इहनां दी भैण दा फोन वी आउंदा, मेरा भी सारा परिवार उह बहुत करदे ने। ते इक इहनां दे जिहड़ी झाई दी फोटो सीगी, आ इहनां दी दादी जिहड़ी आपां गल कीती आ, चढ़ाई कढ के दुनिया च नहीं रहे, पर उस टाइम यह सारा कुछ हो गया सीगा। पहला दी फोटो है या जदों मिले सी? यह हुण जदों मिलिया सी, उस दिन दी अखां हजे भी गिल्लियां ने, चलो क्लीयर नहीं आ रही पूरी, पर उस टाइम रो के हटे सीगे। इह ते इहदे दादी जदों पहली वारी मिले आ, उस टाइम दी फोटो है जी। ते इक आ पूरा छपिया सी, लुधियाने तो छापी गई सीगी। इहदे विच आ जिन्ने भी ने उह परिवारां बारे दस्या गया जिन्हां दे नाल इह होई आ। जे कोई वीर इह मंगवा के पहुंचा के वेरीफाई भी करना चाहुंदा कर सकदा है। इहदे विच आपणे आ देखो इक अर्शदीप सिंह बच्चा जो इहनां दा भी है ना, एक एक हैगा, बाकी आ सारिया दे आ जिन्हां जिन्हां नाल किवें होई आ, जिन्हां जिन्हां दा जिवें तजर्बा वा, उह सारे इस विच हैगे ने। ते सतगुरु जी कृपा करन आपां कितों वी इह आ देखो आ गई जी, आ वा अर्शदीप सिंह। इहदे विच सारा पंजाबी दे विच लिखिआ, उह हिंदी विच सीगा जी। अर्शदीप सिंह दी फोटो आ जमा बचपन दी, आ दस्सिओ इह भम्मी पुरे कलां आ आपां कदों वी साडना। इक मैं होर गल कहणी चाहुंदा जी, इस गल ते बहुत किंतू परंतु जो हुंदा, देखो सानू विरोध तक कोई नहीं, साडा विरोध हुंदा ही आया ते हुंदा ही रहना जी। पर आपां सच ते झूठ दा साडे जमीर ते कोई बोझ नहीं, क्यों करके असीं हड्डी हंडा चुके हां। ਇਹ ਦੋਨੇ ਪਰਿਵਾਰ ਉਵੇਂ ਵਿਚਰਦੇ ਨੇ, ਮੈਂ ਆਪਦੀ ਅੱਖਾਂ ਨਾਲ ਦੇਖਦਾ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਫੇਮ ਵਗੈਰਾ ਉਹ ਤਾਂ ਅਸੀਂ ਆਪਦਾ 10 ਸਾਲ ਪਹਿਲਾਂ ਹੀ ਸਾਰਾ ਕੁਛ ਤਿਆਗਤਾ ਸੀ। ਅਸੀਂ ਤਾਂ ਲੋੜਵੰਦਾਂ ਦੇ ਲੇਖੇ ਆਪਣਾ ਜਨਮ ਲਾਇਆ, ਇਹਨਾਂ ਦੇ ਆਉਣ ਨਾਲ ਬਹੁਤ ਜਨਮ ਵਿਛੜੇ ਅਤੇ ਮਾਧੋ ਇਹ ਜਨਮ ਤੁਮਾਰੇ ਲੇਖੇ, ਅਤੇ ਸਤਿਗੁਰੂ ਦੀ ਕਿਰਪਾ ਨਾਲ ਅਸੀਂ ਆਪਣੇ ਮਿਸ਼ਨ 'ਤੇ ਚੱਲ ਰਹੇ ਹਾਂ, ਅਤੇ ਜਿੰਨੇ ਸਵਾਸ ਅਸੀਂ ਚੱਲਦੇ ਰਹਿਣਾ। ਰਹੀ ਗੱਲ, ਤੁਸੀਂ ਬੋਲੋ ਜੀ ਜੋ ਕੋਈ ਸਰ, ਜਿਹੜੇ ਜਿਵੇਂ ਅਰਸ਼ਦੀਪ ਜੀ ਨੇ, ਇਹਨਾਂ ਦੇ ਜਨਮ ਤੋਂ ਪਹਿਲਾਂ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ ਅਤੇ ਜਨਮ ਤੋਂ ਬਾਅਦ ਕਿਸ ਤਰ੍ਹਾਂ ਬਦਲੇ ਨੇ? देखो जी, इस जन्म तो पहला घर के हालात कोई साढ़े बाले वधिया नहीं सी, साढ़े माता जी जुड़े हुए सीगे आए सी, पर साढ़े घर के हालात नहीं, जिवें ड्रिंक भी होनी है ना, चलो कमाई तो हुई जानी, उस टाइम साढ़े कोले जमीन जायदाद होंदी सी, उहदी कोई गल नहीं सीगी, पर साढ़े घर के हालात नहीं वधिया होंदे सी, वी एक दूजे नाल लड़ाइयां जिहियां करी जाणियां ना, एक दूजे च थवाक ना रखना, टुटे टुटे जे रहना सारिया ने, जिवें हुण सारिया के घरे माहौल बनिया पिया है किसी किसी विरले नूं छड्ड के। ते जदों इन्हां दा जन्म होया, बस उस दिन तो यह चेंज आना शुरू होया। देखो ये जन्म तो बाद 4 साल की उम्र के बापू ने ड्रिंक करनी छड़ी, 4.5 साल की उम्र च ने सानू आ सारा सिस्टम दिखाता पुराने जन्म वाला, 5 साल की उम्र च ही गुरु के लड़ लाता, तो हुण अज उही परिवार आपां तुसीं घरे कदे दर्शन करना आओ तां सारा लंगर उत्थे ही तैयार हुंदा। तो असीं तां कहिंदे भी गुरु साहब ने आप ही घरे चरण पाले, जो साडी जिंदगी का जमीन असमान का फर्क पै गया, जो असीं कदे सोचिया नहीं सी, पर साडी माता की अरदास हुंदी सीगी, असीं कहिंदे उन्होंने कदे पदार्थ मंगे ही नहीं, उन्होंने मंगी सिखी ते सेवा सिमरन सी, ते सतगुरु जी ने उही उन्हां नूं बख्शिया है जी। जी सर, उस परिवार दे नाल किस तरह दा रिश्ता होया? बिल्कुल जी, उसे तरह ही मैनूं तां जिहड़ा रूहां दा प्यार उदां ही रहिणा, कोई आपां रिश्तेदार वांग नहीं वरतदे उन्हां नाल, उवें उत्थे ही मेरा आपदा उन्ना ही हक मानदा वी मेरा आपदा ही परिवार आ, भैन भरा वह भी उवें मिलते हैं, भैन अमृतसर साहब ब्याहे वे, उन्हां दा कुछ ज़्यादा ही मेरे नाल प्रेम हैगा गा, वह वड्डे सी पहला मेरे तो हुण भी वड्डे ही आ, ते वह अमृतसर साहब ब्याहे वे आ, भरा मेरा पहला छोटा सी हुण तां वड्डा हो गया दमन भंडारी, ते सारे परिवार दे नाल उवें मिलना, जदों फोन उन्होंने उवें मैनूं बुलाउणा जिवें पहलां बुलाउंदे सनी नाम तो ही। हासा मजाक चलदा हुंदा भैन भरावां? हाँ जी हाँ जी बिल्कुल जी बिल्कुल, जदों कहो इह तां इह ना इकदम हुंदा आपां वैसे ही रिश्तेदारी च वरतना, एक हुंदा अपना परिवार आपां अड्ड अड्ड विचरदे आ ना दोवां च, पर तुसीं उह फर्क महसूस करो भी आपदा परिवार आ। वैसे तो कदे है नहीं इस तरह का मूड भी ए कवे, पर इना जरूर कहना भी बई तू वड्डा ही रहना मेरे वास्ते। कोई जिवे हुण जदों तो मिले हो उदों दे कोई पुराने किस्से सुनांदे होण, तुहाडी सिस्टर सुना रहे होण जां तुहाडे ब्रदर सुनांदे होण, मापे सुनांदे होण? हां जी पहलां तां इह ना पहलां मैं बहुत दिन रह के भी आउंदा हुंदा सी उत्थे, हुण महाराज ने जदों दी इह सेवा बख्शी आ लोड़वंदां दी, हुण तां ज़्यादा मेरी फोन 'ते ही गल हुंदी आ उहनां नाल, ते कदे मिल भी जदों मन करे मिल भी आईदा जा के, इह नहीं गल है, तां जो भी विचार आ उह गौपती रखण 'च आपां नूं भलाई आ जी, आपां गौपती रखीए जी। हाँ जी हाँ जी,
ਤੇ ਕਿਸ ਤਰ੍ਹਾਂ ਦਾ ਲੱਗਦਾ ਜਦੋਂ ਉਹਨਾਂ ਨੂੰ ਮਿਲਦੇ ਹੋ? ਕਦੀ ਇਦਾਂ ਲੱਗਿਆ ਕਿ ਇਸ ਪਰਿਵਾਰ 'ਚ ਤੇ ਉਸ ਪਰਿਵਾਰ ਦੇ ਵਿੱਚ ਕੋਈ ਫਰਕ ਹੈ? ਹਾਂਜੀ, ਫਰਕ ਤਾਂ ਹੈ। ਚਲੋ ਵੀ ਇੱਥੇ ਆਪਣਾ ਸਿੱਖੀ ਵਾਲਾ ਸੀ ਪਰਿਵਾਰ, ਉੱਥੇ ਆਪਾਂ ਜਿਵੇਂ ਭਾਪੇ ਨਹੀਂ ਕਹਿ ਦਿੰਦੇ, ਸ਼ਹਿਰਾਂ ਦੇ ਵਿੱਚ ਭਾਪਿਆਂ ਦੇ ਪਰਿਵਾਰਾਂ ਦੇ ਵਿੱਚੋਂ ਸੀਗਾ ਮੈਂ ਤੇ, ਪਰ ਹਾਂ ਇੰਨਾ ਜ਼ਰੂਰ ਆ ਵੀ ਸ਼ਰਧਾ ਉਹਨਾਂ ਦੇ ਪ੍ਰਤੀ ਸਿੱਖੀ ਦੀ ਉਹਨੂੰ ਗਈ ਆ ਉਹਨਾਂ ਦੇ। ਬਾਕੀ ਉਹਨਾਂ ਦਾ ਮਾਣ ਆ, ਉਹ ਜਿਵੇਂ ਰਹਿਣਗੇ, ਕਿਉਂਕਿ ਹੁਣ ਮੇਰਾ ਜਨਮ ਜਿਹੜਾ ਸਰੀਰ ਆ ਇਹਦਾ ਜਨਮ ਇੱਥੇ ਹੋ ਗਿਆ ਜੀ। ਰੂਹ ਉਹੀ ਆ, ਸਰੀਰ ਬਦਲਤਾ ਮਹਾਰਾਜ ਨੇ, ਬਾਣੇ ਜਿਵੇਂ ਆਪਾਂ ਬਦਲੀ ਜਾਂਦੇ ਹਾਂ ਐਂ ਸਰੀਰ ਬਦਲਤਾ। ਹੁਣ ਜਿਹੜੀ ਮਾਂ ਦੀ ਕੁੱਖੋਂ ਜਨਮ ਹੋਇਆ ਉਹਨਾਂ ਨੇ ਤਾਂ ਫਿਰ ਸਿੱਖੀ ਨਾਲ ਪੂਰਾ ਹੀ ਜੋੜਤਾ ਸੀ ਪਹਿਲੇ ਦਿਨ ਹੀ ਜੀ। ਹਾਂਜੀ ਹਾਂਜੀ। ਅਤੇ ਉੱਧਰ ਜਿਹੜੇ ਮੰਮੀ ਪਾਪਾ ਨੇ, ਕਦੀ ਉਹ ਕਹਿੰਦੇ ਕਿ ਤੂੰ ਸਾਡੇ ਕੋਲ ਵਾਪਸ ਆ ਜਾ, ਇੱਦਾਂ ਦੀ ਕੋਈ ਗੱਲ ਹੁੰਦੀ ਆ? ਹਾਂ, ਇਹ ਉਦੋਂ ਵੀ ਹੋਈ ਸੀ ਗੱਲ, ਉਦੋਂ ਵੀ ਬਹੁਤ ਕੁਐਸਚਨ ਉੱਠਿਆ ਸੀ ਇਹ, ਪਰ ਉਹਨਾਂ ਨੇ ਮੇਰੇ 'ਤੇ ਹੀ ਛੱਡਤੀ ਸੀ ਗੱਲ ਵੀ ਕੋਈ ਕੰਪੈਲਨ ਹੀ ਹੈ ਵੀ ਜਿਵੇਂ ਤੇਰਾ ਮਾਣ ਆ ਤੂੰ ਉਵੇਂ ਹੀ ਕਰ ਸਕਦਾ। ਮਨ ਤਾਂ ਮੇਰੇ ਇਹੀ ਆਇਆ ਵੀ ਹੁਣ ਜਿਹੜਾ ਸਰੀਰ ਆ ਇਹ ਤਾਂ ਹੁਣ ਇੱਥੇ ਮਹਾਰਾਜ ਨੇ ਜਨਮ ਦਿੱਤਾ, ਇਹ ਮਾਂ ਪਿਓ ਦੀ ਸੇਵਾ ਕਰਨੀ ਹੈ ਅਤੇ ਲੋੜਵੰਦਾਂ ਦੀ ਸੇਵਾ ਕਰਨੀ ਹੈ, ਕਿਉਂਕਿ ਐਂ ਹੁਣ ਜਨਮ ਹੀ ਇੱਥੇ ਹੋ ਗਿਆ ਅਤੇ ਮੈਂ ਇੱਕ ਵੀ ਯਾਦ ਰਹਿ ਗਿਆ ਹੈ। ਸਾਰੀ ਆਪਾਂ ਜਨਮ ਮਰਨ ਦੇ ਚੱਕਰਾਂ 'ਚ ਹੀ ਹਾਂ, ਬਸ ਇੰਨਾ ਫਰਕ ਆ ਵੀ ਮੈਨੂੰ ਯਾਦ ਰਹਿ ਗਿਆ, ਕਿਸੇ ਨੂੰ ਯਾਦ ਨਹੀਂ ਰਹਿੰਦਾ ਜੀ ਪੁਰਾਣਾ। ਅਤੇ ਕੁਝ ਕਿੱਸਾ ਜਿਹੜਾ ਕਿ ਪਹਿਲਾਂ ਵਾਲਾ ਕੋਈ ਯਾਦ ਹੋਵੇ ਤੁਹਾਨੂੰ? ਪਹਿਲਾਂ ਤਾਂ ਜਿੱਥੋਂ ਮੈਂ ਗੋਲ ਗੱਪੇ ਛਕਦਾ ਹੁੰਦਾ ਸੀਗਾ ਛੋਟਾ ਹੁੰਦਾ ਪਹਿਲੇ ਦਿਨ, ਹੁਣ ਤਾਂ ਚਲੋ ਸਰੀਰ ਛੱਡ ਗਏ ਹੋਣਗੇ, ਆਂਟੀ ਕਹਿੰਦੇ ਹੁੰਦੇ ਸੀਗੇ। ਅਤੇ ਪਹਿਲਾਂ ਮੈਂ ਜਦੋਂ ਉੱਥੇ ਪਹੁੰਚਿਆ ਫਿਰੋਜ਼ਪੁਰ ਕਮਰੇ ਦੇ ਵਿੱਚ ਬਹਿ ਕੇ ਜਿੱਥੇ ਮੇਰੀ ਡੈਥ ਹੋਈ ਸੀਗੀ ਜਾ ਕੇ ਪਹੁੰਚ ਕੇ, ਤਾਂ ਉਹ ਵੀ ਉੱਥੇ ਉਹ ਮਿਲਣ ਆ ਰਹੇ ਸੀ ਅਤੇ ਮੈਂ ਪਹਿਲਾਂ ਹੀ ਉੱਤਰ ਕੇ ਪੌੜੀਆਂ ਉਹਨਾਂ ਨੂੰ ਆ ਕੇ ਮੂਹਰੋਂ ਮਿਲਿਆ ਸੀ ਪਛਾਣ ਕੇ ਵੀ ਹਾਂ ਸਭ ਨਾਲ ਫੇਵਰੇਟ ਮੇਰੀ ਪਲੇਸ ਉਹ ਹੁੰਦੀ ਸੀ ਉਸ ਸਮੇਂ ਦੀ ਛੋਟੇ ਹੁੰਦੇ ਤੋਂ, ਅਤੇ ਉਹਨਾਂ ਨਾਲ ਵੀ ਮੇਰਾ ਓਨਾ ਹੀ ਪਿਆਰ ਸੀ ਕਿਉਂਕਿ ਯਾਰ ਮਿੱਤਰ ਜੋ ਵੀ ਸੀਗਾ ਹੂਬ ਹੂ ਉਵੇਂ ਮਿਲ ਕੇ ਆਉਂਦੇ ਸੀ। ਹੁਣ ਤਾਂ ਮਹਾਰਾਜ ਨੇ ਸੇਵਾ ਹੀ ਇਹੋ ਜਿਹੀ ਬਖਸ਼ਦੀ ਵੀ ਹੁਣ ਇੱਧਰ ਮਾਇੰਡ ਕਰੀਦਾ ਹੀ ਬਹੁਤ ਘੱਟ ਆ, ਮਾਂ ਪਿਓ ਨੂੰ ਅਤੇ ਭੈਣ ਭਰਾ ਨੂੰ ਮਿਲ ਕੇ ਹੀ ਮੁੜਿਆਈਦਾ ਜੀ। ਅੱਛਾ, ਫਿਰ ਗੋਲ ਗੱਪੇ ਵਾਲੇ ਜਿਹੜੇ ਆਂਟੀ ਸੀ ਉਹਨਾਂ ਤੋਂ ਗੋਲ ਗੱਪੇ ਖਾ ਕੇ ਆਏ? ਹਾਂਜੀ ਹਾਂਜੀ, ਬਿਲਕੁਲ ਖਾ ਕੇ ਆਏ ਜੀ, ਸਵਾਦ ਆਇਆ। ਹਾਂਜੀ ਹਾਂਜੀ, ਉਹੀ ਸਵਾਦ ਹੀ ਰਹਿਣਾ ਉਹਨਾਂ ਦਾ ਜੀ, ਕਿਉਂਕਿ ਫੇਵਰੇਟ ਸੀ ਮੇਰੇ ਪਹਿਲੇ ਦਿਨ ਹੀ। ਹਾਂਜੀ ਹਾਂਜੀ। ਅਤੇ ਹੁਣ ਇਹ ਵੀਡੀਓ ਦੇਖਣ ਤੋਂ ਬਾਅਦ ਕਈ ਲੋਕ ਇਹ ਵੀ ਕਹਿਣਗੇ ਕਿ ਕਹਾਣੀਆਂ ਜਾਂ ਯਕੀਨ ਨਹੀਂ ਕਰਦੇ ਗੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਇਹਨਾਂ ਨੂੰ ਇਹੀ ਸੰਦੇਸ਼ ਆ ਜੀ, ਕਿਉਂਕਿ ਨਾ ਤਾਂ ਮੈਨੂੰ ਕੋਈ ਬੋਝ ਆ ਜ਼ਮੀਰ 'ਤੇ ਮੇਰੇ, ਨਾ ਫਿਰੋਜ਼ਪੁਰ ਵਾਲਿਆਂ ਦੇ, ਨਾ ਉਹਨਾਂ ਨੂੰ ਕੋਈ ਪ੍ਰੋਬਲਮ ਆ, ਨਾ ਮੈਨੂੰ ਕੋਈ ਪ੍ਰੋਬਲਮ ਆ। ਜਿਹੜੇ ਕੋਈ ਤੀਜੇ ਬੰਦੇ ਦੀ ਉਹਨੇ ਸੋਚਣੀ ਆਪਦੀ ਕਮੈਂਟਾਂ ਹੀ ਦੱਸਣੀ ਹੁੰਦੀ ਆ, ਉਹਦਾ ਵੀ ਕਸੂਰ ਨਹੀਂ, ਜੋ ਉਹਨੂੰ ਉਹ ਆਪਦਾ ਆਜ਼ਾਦੀ ਆ ਲਿਖ ਸਕਦਾ, ਪਰ ਇਹਦਾ ਇਹ ਰਿਜ਼ਲਟ ਨਿਕਲ ਕੇ ਆਉਂਦਾ ਵੀ ਉਹ ਮੈਂ ਮਹਿਸੂਸ ਕਰ ਸਕਦਾ ਜਾਂ ਫਿਰੋਜ਼ਪੁਰ ਵਾਲੇ ਕਰ ਸਕਦੇ ਵੀ ਉਹਨਾਂ ਨੂੰ ਜੋ ਦੁਬਾਰੇ ਮੈਂ ਮਿਲਿਆ ਤਾਂ ਉਹਨਾਂ ਨੂੰ ਕੀ ਮਿਲਿਆ ਇਹ ਸੰਸਾਰ ਦੇ ਵਿੱਚ, ਦੁਬਾਰੇ ਆਪਾਂ ਮਿਲਦੇ ਨਹੀਂ, ਇੱਕ ਵਾਰੀ ਵਿਛੋੜਾ ਪੈ ਜੇ ਨਾ, ਅਤੇ ਇੱਕ ਮੈਂ ਗਿਆ ਨੌਜਵਾਨੀ 'ਚ ਸੀ ਤਾਂ, ਪਰ ਇਹ ਸੰਦੇਸ਼ ਆ ਵੀ ਆਪਾਂ ਕੋਈ ਨਹੀਂ ਸ਼ਾਂਕੇ ਕਰਨ ਦੀ ਗੱਲ ਆ ਗਈ। ਫਿਰ ਮ੍ਰਿਤਕੋ ਜੀਵਾਲਣ ਹਾਰ ਮਹਾਰਾਜ ਨੇ ਬਾਣੀ 'ਚ ਲਿਖਿਆ, ਪ੍ਰਭ ਭਾਵ ਹੈ ਬਿਨ ਸਾਸ ਤੇ ਰਾਖੇ, ਸੁਖਮਣੀ ਸਾਹਿਬ ਚਾਹੁੰਦਾ ਮਹਾਰਾਜ ਤਾਂ ਕਹਿੰਦੇ ਬਿਨਾਂ ਸਾਹਾਂ ਤੋਂ ਵੀ ਰੱਖ ਲੂੰ ਮਹਾਰਾਜ, ਫਿਰ ਇਹ ਤਾਂ ਸ਼ਾਂਕਾ ਉੱਥੇ ਵੀ ਕਰ ਦੇਣਗੇ। ਸ਼ਾਂਕਿਆਂ ਦਾ ਕੋਈ ਸਾਨੂੰ ਟੈਨਸ਼ਨ ਨਹੀਂ ਹੈ, ਮਹਾਰਾਜ ਨੇ ਸੇਵਾ ਬਖਸ਼ੀ ਆਈ ਤਾਂ ਉਹਨਾਂ ਦੇ 'ਚ ਕਰੀ ਜਾਣੀ। ਇਹ ਗੱਲ ਪ੍ਰਗਟ ਹੋਣ ਦਾ ਸਮਾਂ ਆ ਗਿਆ ਸੀ, ਉਹ ਹੁਣ ਪ੍ਰਗਟ ਹੋ ਗਈ ਆ, ਕੋਈ ਸਾਨੂੰ ਸ਼ੌਕ ਨਹੀਂ ਸੀ ਇਹ ਪ੍ਰਗਟ ਕਰਨ ਦਾ, ਮਹਾਰਾਜ ਦਾ ਜੋ ਹੁਕਮ ਆ ਹੋਣਾ ਤਾਂ ਉਵੇਂ ਹੀ ਆ ਜੀ। ਸੋ ਇਹ ਸਨ ਸਾਡੇ ਨਾਲ ਵੀਰ ਜੀ, ਜਿਨ੍ਹਾਂ ਦਾ ਨਾਮ ਅਰਸ਼ਦੀਪ ਹੈ ਅਤੇ ਜਿਨ੍ਹਾਂ ਦੀ ਪਿਛਲੇ ਜਨਮ 'ਚ ਕਹਿੰਦੇ ਨੇ ਕਿ ਸਕੂਟੀ ਦੇ ਐਕਸੀਡੈਂਟ ਨਾਲ ਜਿਹੜੀ ਕਿ ਡੈਥ ਹੋ ਗਈ ਸੀ, ਉਸ ਤੋਂ ਬਾਅਦ ਦੇ ਵਿੱਚ ਜਦੋਂ ਜਨਮ ਹੋਇਆ 4 ਸਾਲ ਦੀ ਉਮਰ ਦੇ ਵਿੱਚ, ਵੀਰ ਜੀ ਨੂੰ ਸਭ ਕੁਝ ਯਾਦ ਆਇਆ, ਫਿਰ ਪੁਰਾਣੇ ਜਿੱਥੇ ਪਹਿਲਾਂ ਇਹਨਾਂ ਦਾ ਜਨਮ ਹੋਇਆ ਸੀਗਾ ਉਹਨਾਂ ਨੂੰ ਦੁਬਾਰਾ ਮਿਲ ਕੇ ਆਏ। ਜਿਵੇਂ ਇਹਨਾਂ ਨੇ ਕਿਹਾ ਕਿ ਗੋਲ ਗੱਪੇ ਬੜੇ ਪਸੰਦ ਸੀ, ਉਹ ਆਂਟੀ ਤੋਂ ਗੋਲ ਗੱਪੇ ਵੀ ਖਾ ਕੇ ਆਏ ਨੇ। ਅਤੇ ਇੱਕ ਹੋਰ ਗੱਲ ਜਿਹੜੀ ਕਿ ਵੀਰ ਜੀ ਵੱਲੋਂ ਕਹੀ ਗਈ ਆ ਕਿ ਜੇਕਰ ਕਿਸੇ ਨੂੰ ਸ਼ੰਕਾ ਹੋ ਤਾਂ ਮਰਨਜੀਤ 'ਤੇ ਵੀ ਸ਼ੰਕਾ ਕਰ ਸਕਦਾ ਵਾ, ਅਤੇ ਇਹਨਾਂ ਦੀ ਜ਼ਮੀਰ 'ਤੇ ਕੋਈ ਬੋਝ ਨਹੀਂ ਹੈਗਾ। ਜੇ ਤੁਸੀਂ ਚਾਹੁੰਦੇ ਹੋ, ਜਿਵੇਂ ਇਹਨਾਂ ਵੀਰ ਜੀ ਨੇ ਕਿਹਾ ਸੀਗਾ ਕਿ ਜੇ ਕਿਸੇ ਨੂੰ ਕੋਈ ਡਾਊਟ ਹੈਗਾ ਵਾ ਤਾਂ ਬੁੱਕ ਆ ਜਿਹੜੀ ਕਿ ਭੇਜ ਸਕਦੇ ਨੇ, ਬੁੱਕ ਦੇ ਵਿੱਚ ਪ੍ਰੋਪਰ ਨਾਮ ਦਰਜ ਹੈ, ਪੂਰੀ ਕਹਾਣੀ ਵੀ ਹੈ ਜਿਹੜੀ ਕਿ ਅਰਸ਼ਦੀਪ ਜੀ ਦੀ ਲਿਖੀ ਹੋਈ ਆ ਉਹਦੇ ਵਿੱਚ। ਮੈਂ ਇਸ ਵਿਸ਼ੇ 'ਤੇ ਸਿੱਧੀ ਗੱਲਬਾਤ ਹੀ ਕਰਨੀ ਚਾਹੁੰਦਾ ਜੀ, ਕੋਈ ਗੱਲ ਨਹੀਂ, ਕਿਉਂ ਕਰਕੇ ਪਹਿਲਾਂ ਵੀ ਦੱਸਿਆ ਵੀ ਸੱਚ ਨੇ ਤਾਂ ਸੱਚ ਰਹਿਣਾ, ਸਾਨੂੰ ਕੋਈ ਨਹੀਂ, ਅਸੀਂ ਸੱਚ ਲਈ ਤੁਰਦੇ ਹਾਂ, ਸੱਚ ਲਈ ਆਪਦਾ ਜਾਨ ਵੀ ਦੇਣੀ ਪਵੇ ਤਾਂ ਦਿੱਤੀ ਜਾਊਗੀ, ਕੋਈ ਸ਼ੱਕ ਨਹੀਂ। ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਵੀਰ ਕਮੈਂਟ ਕਰਦੇ, ਚਲੋ ਕਰਨ ਤੁਹਾਡੀ ਮਰਜ਼ੀ ਆ, ਪਰ ਮੈਂ ਨੰਬਰ ਬੋਲ ਕੇ ਦੱਸਦਾ ਵਾਂ, 9957601925706001, ਇਹ ਸਾਡਾ ਨੰਬਰ ਆ, ਤੁਸੀਂ ਬਾਹਲੀ ਗੱਲ ਆ ਸਾਡੇ ਕੋਲ ਆ ਕੇ ਸੰਪਰਕ ਕਰ ਸਕਦੇ ਹੋ। ਜਗਰਾਓਂ ਤੋਂ ਰਾਏਕੋਟ ਰੋਡ 'ਤੇ ਸਾਡਾ ਪਿੰਡ ਆ, 8 ਕਿਲੋਮੀਟਰ 'ਤੇ ਪਿੰਡ ਰੂਮੀ ਜਿੱਥੇ ਅਸੀਂ ਰਹਿੰਦੇ ਹਾਂ, ਸਾਡਾ ਜੱਦੀ ਪਿੰਡ ਆ, ਜਦੋਂ ਮਰਜ਼ੀ ਤੁਸੀਂ ਉੱਥੇ ਆ ਕੇ ਵਿਚਾਰ ਕਰ ਸਕਦੇ ਹੋ। ਬਾਕੀ ਅਸੀਂ ਸ਼ਾਮ ਨੂੰ 3 ਤੋਂ 6 ਇੱਥੇ ਹਾਂ, ਮੋਗੇ ਜਗਰਾਓਂ ਵਿੱਚ ਹੀ ਰਹਿੰਦੇ ਹਾਂ, ਤੁਸੀਂ ਪੁੱਛ ਸਕਦੇ ਹੋ, ਕਿਸੇ ਤੋਂ ਵੀ ਸਾਨੂੰ ਮਿਲਾ ਦੇਣਗੇ ਤੁਹਾਨੂੰ, ਕਿਸੇ ਤੋਂ ਵੀ ਪੁੱਛ ਲਿਓ, ਭਾਵੇਂ ਬੱਚੇ ਤੋਂ ਪੁੱਛ ਲਿਓ ਵੀ ਉਹ ਸਿੰਘਾਂ ਨੂੰ ਮਿਲਣਾ, ਤੁਹਾਨੂੰ ਆਪੇ ਮਿਲਾ ਦੇਣਗੇ। ਅਤੇ ਜੇ ਮੋਗੇ ਮਿਲਣਾ ਚਾਹੋ, ਸਰਕਾਰੀ ਹਸਪਤਾਲ ਵੀ ਜਾਂ ਕਿਤੇ ਵੀ, ਅਸੀਂ ਉੱਥੇ 2 ਘੰਟੇ ਰੁਕਦੇ ਹਾਂ, 7 ਤੋਂ 9 ਉੱਥੇ ਵੀ ਮਿਲ ਸਕਦੇ ਹੋ, ਠੀਕ ਆ। ਅਸੀਂ ਤੁਹਾਡੀ ਹਰੇਕ ਗੱਲ ਦਾ ਜਵਾਬ ਦੇਣ ਲਈ ਹਮੇਸ਼ਾ ਤਿਆਰ ਹਾਂ, ਕਿਉਂਕਿ ਸਾਨੂੰ ਕੋਈ
ਆਪਾਂ ਉਸ ਗੱਲ 'ਤੇ ਧਿਆਨ ਦੇਈਏ ਵੀ ਆਪਾਂ ਸੋਚਦੇ ਹਾਂ ਆਪਾਂ ਉਹ ਕਰਾਂਗੇ, ਆਪਾਂ ਇੱਥੇ ਜਾ ਕੇ ਮੈਂ ਉਹ ਕਰੂੰਗਾ ਇੰਨੀ ਉਮਰ 'ਚ। ਦੇਖੋ ਜੀ, ਕੋਈ ਭਰੋਸਾ ਨਹੀਂ ਸਵਾਸਾਂ ਦਾ, ਕਦੋਂ ਆਪਾਂ ਆਪਣੀ ਕਿਹੜੀ ਮੋੜ 'ਤੇ ਆਪਣੀ ਮੌਤ ਖੜੀ। ਆਪਣਾ ਬਾਈ ਮੂਸੇ ਵਾਲਾ ਵੀ ਕੀ ਪਤਾ ਸੀ ਉਹਦੇ ਘਰੋਂ ਨਿਕਲਿਆ ਜੀ ਵੀ ਕਿੱਥੇ ਜਾ ਕੇ ਉਹਦੀ ਮੌਤ ਲਿਖੀ ਗਈ ਸੀ, ਜਿਹੜਾ ਹਜੇ ਤੱਕ ਨਹੀਂ ਆਪਣੇ ਤੋਂ ਭਰਪਾਈ ਹੋ ਪਾ ਰਹੀ। ਸਮੇਂ ਦਾ ਕੋਈ ਪਤਾ ਨਹੀਂ ਮੌਤ ਨੇ ਕਦੋਂ ਆ ਜਾਣਾ। ਸੋ ਆਪਾਂ ਆਪਣਾ ਅਸਲ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਾਂ ਆਪਣਾ ਮੂਲ ਪਛਾਣੀਏ, ਇਹ ਜਨਮਾਂ ਲੇਖੇ ਲਾਈਏ। ਨਹੀਂ ਤਾਂ ਕਈ ਜਨਮ ਪਏ ਕੀਟ ਪਤੰਗਾ, ਗੁਰਬਾਣੀ 'ਚ ਇੰਨੀਆਂ ਤੁਕਾਂ ਨੇ ਇਸ ਗੱਲ 'ਤੇ ਵੀ ਇਹ ਜਨਮ ਜਨਮ ਤੋਂ ਚੱਲਦੇ ਆ, ਕਿਤੇ ਕੀਟਾਂ ਪਤੰਗਾਂ ਦੀਆਂ ਜੂਨੀਆਂ ਤਾਂ ਚੱਲਦੀਆਂ ਆ ਰਹੀਆਂ ਹੈ। ਬਾਕੀ ਇੱਕ ਬੇਨਤੀ ਹੋਰ ਆ ਮੇਰੀ ਜੀ, ਇੱਕ ਮੁੰਡਾ ਹੈਗਾ ਵੀਰਾ ਸਾਡਾ ਇੰਦੀ ਜਸਵਾਲ ਜੀ, ਆਪਾਂ ਜਾਣਦੇ ਹੋਵਾਂਗੇ ਜੀ ਵੀਰੇ ਨੂੰ। ਚਲੋ ਅਸੀਂ ਵੀ ਸੁਣਦੇ ਹਾਂ, ਸੁਣਦੇ ਰਹੇ। ਵੀਰਾ ਕਹਿੰਦਾ ਸੀ ਵੀ ਮੇਰੀ ਮੈਂ ਨੌਲੇਜ ਆ ਅਤੇ ਮੈਂ ਨੌਲੇਜ ਇਕੱਠੀ ਕਰਦਾ ਬਹੁਤ, ਅਤੇ ਫਿਰ ਮੈਂ ਦੱਸਦਾ ਵਾ ਨਾ ਵੀ ਮੈਨੂੰ ਨੌਲੇਜ ਆ। ਮੈਂ ਦੱਸ ਦੁਨੀਆਂ ਨੂੰ ਦੱਸ ਰਿਹਾ ਸੀ ਵੀ ਚਲੋ ਇਹ ਸੱਚਾ ਏ ਝੂਠਾ ਏ, ਪਰ ਮੈਂ ਵੀਰੇ ਨੂੰ ਕਹਿਣਾ ਚਾਹੂੰਗਾ, ਕਹਿੰਦਾ ਮੈਂ ਸਤਿਕਾਰ ਨਾਲ ਹੀ ਹਾਂ, ਠੀਕ ਆ, ਕਿਉਂਕਿ ਪਹਿਲਾਂ ਸਭ ਨਾਲੋਂ ਸਤਿਕਾਰ ਨਿਮਰਤਾ ਨਾਲ ਗੱਲ ਕਰਨ ਦੀਆਂ ਗੁਰੂ ਸਾਹਿਬ ਨੇ ਸਿਖਾਈ ਆ, ਉਦੋਂ ਬਾਅਦ 'ਚ ਜਿਵੇਂ ਕੋਈ ਚਾਹੇ। ਮੈਂ ਨਿਮਰਤਾ ਨਾਲ ਬਾਈ ਨੂੰ ਕਹਿੰਦਾ, ਬਾਈ ਨੇ ਨਾ ਇੱਕ ਉਹਨੇ ਆਪਦੀ ਪਾਈ ਆ ਅਤੇ ਉਹਦੇ ਵਿੱਚ ਉਹਨੇ ਇਹਨਾਂ ਬਾਰੇ ਪਖੰਡ ਬੋਲਿਆ, ਕੋਈ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਆਹ ਕੁਛ ਵਿਸ਼ੇ 'ਤੇ ਗੱਲ ਕਰ ਰਹੇ ਸੀ ਅਤੇ ਉਹਨੇ ਗੱਲ ਦੇ ਵਿੱਚੋਂ ਇਸ ਚੀਜ਼ ਨੂੰ ਜੋੜਿਆ ਵੀ ਦੇਖੋ ਆ ਤੁਹਾਡੇ ਵੀ ਪਖੰਡ ਆ ਇਸ ਗੱਲ ਨੂੰ। ਅਤੇ ਮੈਂ ਬਾਈ ਨੂੰ ਸਿੱਧਾ ਕਹਿੰਦਾ, ਬਾਈ ਜਦੋਂ ਤੂੰ ਚਾਹਵੇਂ ਮਰਜ਼ੀ ਐਨੀ ਟਾਈਮ ਐਨੀ ਪਲੇਸ ਸਾਨੂੰ ਤੂੰ ਸੰਸਾਰ 'ਚ ਲਾਈਵ ਕਰਨਾ, ਦੁਨੀਆਂ 'ਤੇ ਲਾਈਵ ਕਰਦੇ, ਤੇਰੀ ਹਰੇਕ ਗੱਲ ਦਾ ਜਵਾਬ ਅਸੀਂ ਦੇਵਾਂਗੇ ਜੋ ਅਸੀਂ ਹੱਡੀ ਹੰਡਾਇਆ। ਬਾਕੀ ਤੁਹਾਡੇ ਪਿੰਡ ਦੇ ਵੀ ਸਤਿਕਾਰਯੋਗ ਆ ਸਾਡੇ ਸਾਰੇ, ਤੁਹਾਡੇ ਮਾਂ ਪਿਓ ਸਾਡੇ ਮਾਂ ਪਿਓ, ਤੁਹਾਡੀ ਭੈਣ ਭਰਾ ਸਾਡੇ ਭੈਣ ਭਰਾ, ਸਾਡੇ ਬਾਪੂ ਜੀ ਮਾਤਾ ਜੀ ਸਤਿਕਾਰਯੋਗ ਨੇ, ਤੁਸੀਂ ਨਹੀਂ ਆ ਸਕਦੇ ਆਪ ਆਉਣਾ, ਸਾਨੂੰ ਆਪ ਆ ਕੇ ਮਿਲ ਲਓ। ਉਹਨਾਂ ਨੂੰ ਕਹਿਣਾ ਸਾਨੂੰ ਉਹ ਆ ਕੇ ਮਿਲ ਲੈਣ ਵੀ ਇਸ ਗੱਲ ਨੂੰ ਇੱਕ ਵਾਰੀ ਵੈਰੀਫਾਈ ਕਰ ਲੈਣ, ਕਿਉਂ ਕਰਕੇ ਕਮੈਂਟ ਕਰਨਾ ਹੋਰ ਗੱਲ ਹੁੰਦੀ ਆ, ਤੁਸੀਂ ਕੈਮਰੇ ਦੇ ਸਾਹਮਣੇ ਖੜ੍ਹ ਕੇ ਐਡੀ ਗੱਲ ਕਹੀ ਆ, ਜੇ ਤੁਸੀਂ ਐਡੀ ਗੱਲ ਕਹੀ ਆ ਤਾਂ ਹੁਣ ਫਿਰ ਇਸ ਗੱਲ 'ਤੇ ਰਹਿਣਾ, ਇਸ ਗੱਲ ਨੂੰ ਹੁਣ ਸਾਡੇ ਕੋਲ ਆ ਕੇ ਸਾਬਤ ਕਰਨਾ, ਤੁਹਾਡੀ ਨੌਲੇਜ ਇੰਨੀ ਕਮਜ਼ੋਰ ਹੋ ਜੂਗੀ। ਮੈਂ ਨਹੀਂ ਸੋਚਿਆ ਸੀ ਕਦੇ, ਮੈਂ ਤਾਂ ਸੋਚਦਾ ਸੀ ਵੀ ਤੂੰ ਨੌਲੇਜ ਬਹੁਤ ਇਕੱਠੀ ਕਰਦਾ, ਤੂੰ ਤਾਂ ਯਾਰ ਇੱਕ ਵਾਰ ਫੋਨ ਲਾ ਕੇ ਪੁੱਛਿਆ ਤੱਕ ਨਹੀਂ, ਸਾਡਾ ਨੰਬਰ ਵਾਇਰਲ ਆ, ਕੌਣ ਨਹੀਂ ਜਾਣਦਾ, ਠੀਕ ਆ, ਇਹ ਨਹੀਂ ਵੀ ਜਾਣਦਾ ਸੀ, ਤੂੰ ਆਪ ਸਰਚ ਕਰਦਾ, ਸਰਚ ਕਰਕੇ ਇੱਕ ਵਾਰ ਸਾਡੇ ਨਾਲ ਗੱਲ ਕਰਦਾ, ਗੱਲ ਕਰਨ ਤੋਂ ਬਾਅਦ ਯਾਰ ਜੋ ਤੂੰ ਮਰਜ਼ੀ ਕਹਿਲਾ, ਪਖੰਡ ਕਹਿਲਾ, ਸਾਨੂੰ ਕਹਿੰਦੇ ਹੀ ਆ ਕਈ ਜਾਣ, ਕੋਈ ਚੱਕਰ ਨਹੀਂ, ਪਰ ਤੇਰੇ ਵਰਗਾ ਬਾਈ, ਠੀਕ ਆ, ਜੋ ਸੂਝਵਾਨ ਆਪਣੇ ਆਪ ਨੂੰ ਤੁਸੀਂ ਕਹਾਉਂਦੇ ਹੋ, ਤੁਹਾਡੇ ਵਰਗੇ ਮੁੰਡੇ ਜੇ ਇਹ ਗੱਲਾਂ ਕਰਨ ਲੱਗ ਜਾਣ ਤਾਂ ਜਿਹੜੇ ਤੇਰੇ ਨਾਲ ਇੰਨੇ ਨਾਲ ਜੁੜੇ ਹੋਏ ਆ, ਤੂੰ ਉਹਨਾਂ ਨੂੰ ਯਾਰ ਕੀ ਗਿਆਨ ਦੇਈ ਜਾਂਦਾ, ਤੈਨੂੰ ਕਦੇ ਸੋਚ, ਇਕੱਲੇ ਵਿਊ ਨਹੀਂ ਸਾਰਾ ਕੁਛ ਹੁੰਦੇ ਵੀ ਜੋ ਚੀਜ਼ ਆ ਗਈ ਅਤੇ ਆਪਾਂ ਚੱਕ ਕੇ ਲਾ ਦੀ, ਸੱਚ ਨੂੰ ਪਛਾਣੋ, ਇੱਕ ਵਾਰ ਮਿਲੋ, ਵਿਚਾਰ ਕਰੋ, ਵਿਚਾਰ ਕਰਨ ਤੋਂ ਬਾਅਦ 'ਚ ਤੁਹਾਡੀ ਮਰਜ਼ੀ, ਅਸੀਂ ਕੁਛ ਨਹੀਂ ਕਹਿੰਦੇ, ਜੋ ਮਰਜ਼ੀ ਤੁਸੀਂ ਲੈ ਸਕਦੇ ਹੋ, ਅਸੀਂ ਸਾਰਾ ਕੁਛ ਝੋਲੀ 'ਚ ਪਵਾਉਂਦੇ ਹਾਂ, ਸਾਡਾ ਤਾਂ ਕੰਮ ਆ, ਅੱਜ ਤਾਂ ਸਵੇਰੇ ਉੱਠਣ ਸਾਰ ਗੁਰੂ ਦੇ ਨਾਂ 'ਤੇ ਮੰਗਣ ਚਲੇ ਜਾਣਾ, ਸਾਨੂੰ ਪਹਿਲਾਂ ਵੀ ਕਹਿੰਦੇ ਰਹੇ ਆ, ਅਸੀਂ ਤਾਂ ਮੰਗ ਕੇ ਸੰਗਤਾਂ 'ਚ ਵਰਤਾਉਣਾ, ਅਸੀਂ ਤਾਂ ਆਪਣਾ ਜੀਵਨ ਲੇਖੇ ਲਾਇਆ ਹੋਇਆ ਏ, ਸਾਨੂੰ ਇਸ ਚੀਜ਼ ਦੀ ਕੋਈ ਲੋੜ ਨਹੀਂ, ਅਸੀਂ ਪਖੰਡ ਨਹੀਂ ਕਰਨਾ, ਸਾਡਾ ਪਖੰਡ ਤੁਸੀਂ ਸੇਵਾ ਚੱਲਦੀ ਆ, ਜਦੋਂ ਮਰਜ਼ੀ ਆ ਕੇ ਦੇਖ ਸਕਦੇ ਹੋ। ਇਸ ਵਿਸ਼ੇ 'ਤੇ ਮੈਂ ਤਾਂ ਕਿਹਾ ਏ, ਤੁਸੀਂ ਆਉਣ ਕੈਮਰਾ ਇਹ ਗੱਲ ਕਹੀ ਆ, ਮੈਂ ਆਪਦੇ ਅੱਖੀਂ ਵੇਖਿਆ ਅਤੇ ਕੰਨੀ ਤੁਹਾਨੂੰ ਸੁਣਿਆ, ਮੈਂ ਕਿਸੇ ਦੇ ਕਹਿਣ 'ਤੇ ਯਕੀਨ ਨਹੀਂ ਕੀਤਾ, ਪਰ ਮੈਂ ਤੁਹਾਨੂੰ ਨੰਬਰ ਵੀ ਦਿੱਤਾ, ਜਗ੍ਹਾ ਵੀ ਦਿੱਤੀ ਆ, ਸਾਰਾ ਐਡਰੈਸ ਦਿੱਤਾ, ਜਦੋਂ ਮਰਜ਼ੀ ਤੁਸੀਂ ਆਪ ਵਿਚਾਰ ਕਰੋ ਇੱਕ ਵਾਰ ਕਰਕੇ ਵਿਚਾਰ, ਅਤੇ ਦੁਬਾਰੇ ਫਿਰ ਜਿੰਨਾ ਮਰਜ਼ੀ ਬੋਲੀ ਜਾਈ ਮੈਨੂੰ ਕੋਈ ਚੱਕਰ ਨਹੀਂ, ਅਸੀਂ ਤਾਂ ਕਹਿੰਦੇ ਹਾਂ ਤੂੰ ਵੀ ਹੱਸਦਾ ਵੱਸਦਾ ਰਹੇ, ਰੱਬ ਤੈਨੂੰ ਸਮੱਤ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਪਰ ਅਧੂਰੀ ਜਾਣਕਾਰੀ ਖਤਰਨਾਕ ਹੁੰਦੀ ਆ ਵੀਰੇ, ਅਧੂਰੀ ਜਾਣਕਾਰੀ ਨਹੀਂ ਦੇਈ ਦੀ ਹੁੰਦੀ ਸੰਸਾਰ ਨੂੰ, ਕਿਉਂ ਕਰਕੇ ਤੂੰ ਬਹੁਤ ਵੱਡੀ ਪਲੇਸ 'ਤੇ ਬੈਠਾ, ਤੈਨੂੰ ਸੁਣਨ ਵਾਲੇ ਬਹੁਤ ਨੇ, ਤੇਰਾ ਕਿਹਾ ਮੰਨਦੇ ਵੀ ਨੇ, ਠੀਕ ਆ, ਜੋ ਤੇਰੇ ਨਾਲ ਜੁੜੇ ਨੇ, ਇਹ ਨਾ ਹੋਵੇ ਵੀ ਗੁਰੂ ਵੀ ਡੁੱਬਿਆ ਅਤੇ ਚੇਲੇ ਵੀ ਡੁੱਬ ਜਾਣ, ਠੀਕ ਆ। ਇਸ ਲਈ ਬੇਨਤੀ ਆ, ਆਪਾਂ ਸੋਚ ਕੇ, ਆਪਾਂ ਗੁਰੂ ਤੋਂ ਤੇ ਨਹੀਂ ਸੋਚ ਸਕਦੇ, ਮਹਾਰਾਜ ਦੀਆਂ ਖੇਡਾਂ ਨੂੰ ਆਪਾਂ ਕੌਣ ਆ ਯਾਰ, ਆਪਣੀ ਕੀ ਔਕਾਤ ਆ ਵੀ ਆਪਾਂ ਜਾਣ ਲੱਗ ਗਏ। ਗੁਰੂ ਸਾਹਿਬ ਜੀ ਤਾਂ ਖਿਣ ਮੈਂ ਨੀਚ ਕੀਟ ਕੋ ਰਾਜ ਕਹਿੰਦੇ ਆ, ਖਿਣ ਸਿਆਣੇ ਬੰਦੇ ਸੈਕਿੰਡ ਦਾ ਤੀਜਾ ਹਿੱਸਾ ਮੰਨਦੇ ਆ, ਉਦੋਂ ਵੀ ਇੱਕ ਆਪਾਂ ਇੱਕ ਸੈਕਿੰਡ ਕਿੰਨਾ ਹੁੰਦਾ, ਉਦੋਂ ਵੀ ਤਿੰਨ ਗੁਣਾ ਥੱਲੇ ਚਲੇ ਜਾਓ, ਇੰਨੇ ਕੁ ਹਿੱਸੇ 'ਚ ਗੁਰੂ ਸਾਹਿਬ ਜੀ ਖਿਣ ਮੈਂ ਨੀਚ ਕੀਟ ਕੋ ਰਾਜ, ਕੀੜੀ ਨੂੰ ਰਾਜਾ ਬਣਾ ਸਕਦੇ ਆ ਅਤੇ ਰਾਜੇ ਤੋਂ ਕੀੜੀ ਤੱਕ ਲਿਆ ਸਕਦੇ ਆ। ਅਕਾਲ ਪੁਰਖ ਦੀ ਇਹ ਖੇਡ ਆ, ਜੋ ਆਪਣੇ ਘਰ ਹੋਈ ਆ, ਠੀਕ ਆ, ਉਹ ਅਸੀਂ ਆਪਦੇ ਹੱਡੀ ਹੰਢਾਈ ਆ, ਜਿੱਦੇ ਇਹਦਾ ਭੋਗ ਪਿਆ ਉਹ ਪਿਛਲੇ ਜਨਮ ਦੇ ਵਿੱਚ, ਠੀਕ ਆ, ਅੰਤਮ ਅਰਦਾਸ ਹੁੰਦੀ ਆ ਆਪਣੀ, ਸਾਰਿਆਂ ਦੀ ਹੋਣੀ ਵੀ ਆ, ਸਾਡੀ ਵੀ ਹੋਣੀ ਆ, ਇੱਕ ਦਿਨ ਅੰਤਮ ਅਰਦਾਸ ਇਹਦੀ ਵੀ ਹੋਈ ਸੀ। ਅੰਤਮ ਅਰਦਾਸ ਹੋਣ ਤੋਂ ਬਾਅਦ 'ਚ ਕੁਛ ਘੰਟੇ ਬਾਅਦ 'ਚ ਹੀ ਮੋਗੇ ਜੀਰਾ ਰੋਡ 'ਤੇ ਤੁਹਾਡੀ ਹੋਸਪਿਟਲ ਸਾਡੇ ਜਨਮ ਹੋਏ ਆ, ਉੱਥੇ ਇਹਦਾ ਜਨਮ ਹੋਇਆ। ਸਾਨੂੰ ਕੀ ਪਤਾ ਸੀ, ਜਦੋਂ ਹੁਣ ਸਾਨੂੰ ਦੱਸੂਗਾ ਸਾਡਾ ਵੀਰਾ ਯਾਰ ਇਹ ਗੱਲਾਂ, ਤਾਂ ਫਿਰ ਸਾਨੂੰ, ਅਸੀਂ ਹੱਡੀ ਹੰਢਾਈਆਂ ਹੀ ਆ ਨਾ, ਤਾਂ ਸਾਨੂੰ ਹੁਣ 4 ਸਾਲ ਦੀ ਉਮਰ ਦੇ ਬੱਚੇ ਨੂੰ ਤੂੰ ਫਿਰੋਜ਼ਪੁਰ ਜਿਹੜਾ ਗਿਆ ਹੀ ਨਹੀਂ, ਉਹਨੂੰ ਕੀ ਪਤਾ ਕੀ ਆ, ਨਕਸ਼ੇ 'ਤੇ ਆਪਦੇ ਘਰ ਦਾ ਬਾਪੂ ਭੈਣ ਕੌਣ ਦੱਸੂਗਾ ਯਾਰ ਐਵੇਂ। ਸੋ ਆਪਾਂ
बेफजूल गल्लां नहीं करनियां, अधूरी जानकारी नहीं देनी, जे नॉलेज लैनी आ आपदी नॉलेज कमजोर ना करो, पूरी परपक्क नॉलेज लिया करो। तुहानू सुणन वाले बहुत आ, साडे नाल जदों मर्जी संपर्क कर सकदे हो, इह मेरा सुनेहा तुहानू। बाकी रब तैनू चढ़दी कला च रखे, ते बाकी तुहानू भी समुची टीम नू साडे वल्लों जी आया नू, तुसीं साडी वेट भी कीती सानू, तो थोड़ा जिहा माफ़ी चाहुंदे आ, ठीक आ। इन्नी कि साडी पर तुहाडी समुची टीम दा जी आया नू सारिआं दा सत्कार, साडी अरदास आ गुरू साहिब दे चरणां च महाराज, तुसीं तुरदे फिरदे हो रोडां ते, अंग संग सहाई होवन तुहानू, परिवारां नू तंदरुस्ती चढ़दी कला बख्शन जी। वाहिगुरू जी का खालसा, वाहिगुरू जी की फतेह। सो साढ़े नाल वीर जी जिन्हां वल्लों कहा जा रहा है कि फिरोजपुर दे विच मौत होने तो बाद उन्हां दे दुबारा जिहड़ा कि जन्म होया, 4 साल की उम्र दे विच इन्हां नूं दुबारा याद आया कि इन्हां दा जन्म होया है, ते दोनों परिवारां दे नाल हुणे मिलदे जुलदे ने, ते उस तरह ही सांझ आ जिहड़ी कि इन्हां दी पहला जिहड़ा जन्म होया सी जिद्दां उदों सांझ सी, उस तरह हुण वी सांझ इन्हां दी इस तरह बनी हुई है। कैमरामैन आकाश दे नाल मैं ईशा प्रो पंजाब लुधियाणा।